ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਚ ਪਾਰਟੀ ਦਾ, ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਬੇਵਾਲ ਜਿਹੜਾ, ਇਹਨੂੰ ਅੰਡਰ ਨੋ ਸਰਕਮਸਟਾਂਸਸ ਮੈਂ ਜ਼ੁਬਾਨ ਦੇ ਕੇ ਚੱਲਿਆ, ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਲਦਾਰਾਂ ਵਾਸਤੇ ਜਗ੍ਹਾ ਨਹੀਂ। ਭੁੱਲ ਭੁਲੇਖੇ ਹੁੰਦੇ ਪਾਰਟੀਆਂ ਚ, ਲੋੜ ਪੈਂਦੀ ਕਈ ਵਾਰ, ਬਟ ਜਿਸ ਆਦਮੀ ਨੇ ਇੱਥੋਂ ਤੱਕ ਨੁਕਸਾਨ ਕੀਤਾ, ਹੀ ਵਿਲ ਨਾਟ ਕਮ ਬੈਕ ਇਨ ਟੂ ਦੀ ਪਾਰਟੀ। ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਪਹਿਲੇ ਤੇ ਆਪਾਂ ਗੱਲ ਲਿਖਿਆ। ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ, ਮੇਰੇ ਵੀਰੋ ਤੇ ਭਰਾਓ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨਾਲ ਪਹਿਲੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ। ਬਾਦਲ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕਹਿੰਦਾ ਤੁਹਾਡੇ ਤੇ ਪਾਬੰਦੀ ਲਾਈ ਸੀ, ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਲੱਗਦੀ ਉਹਨਾਂ ਚਿਰ ਬਾਹਰ ਜਾ ਕੇ ਕੰਪੇਨ ਨਹੀਂ ਕਰ ਸਕਦੇ। ਬਟ ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੋਈ ਪਾਬੰਦੀ ਨਹੀਂ ਸੀ। ਚਾਰ ਬਾਈ ਇਲੈਕਸ਼ਨ ਹੋ ਰਹੀਆਂ ਸਾਰੇ ਪੰਜਾਬ ਚ, ਮੈਨੂੰ ਇਸ ਗੱਲ ਦਾ ਜਵਾਬ ਦੇਣ। ਬਾਦਲ ਸਾਹਿਬ, ਕਈ ਦਿਨਾਂ ਦਾ ਮੈਂ ਸਵਾਲ ਕਰ ਰਿਹਾ, ਕਿਸੇ ਅਕਾਲੀ ਦਲ ਦੇ ਲੀਡਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਤੁਹਾਡੀ ਕੀ ਮਜਬੂਰੀ ਬਣੀ? ਸੁਖਬੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ, ਉਹਨੇ ਤੇ ਲੜਨਾ ਨਹੀਂ ਸੀ। ਤੁਸੀਂ ਆਪਣੇ ਕੈਂਡੀਡੇਟ ਉਤਾਰਦੇ, ਯਕੀਨ ਦਿਵਾਉਣਾ ਚਾਹੁੰਦਾ ਕੋਰਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਚ ਪਾਰਟੀ ਦਾ, ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੰਪੇਨ ਚ ਕੋਈ ਫਿਰਦਾ ਰਹੇ, ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਬੇਵਾਲ ਜਿਹੜਾ, ਇਹਨੂੰ ਅੰਡਰ ਨੋ ਸਰਕਮਸਟਾਂਸਸ ਮੈਂ ਜ਼ੁਬਾਨ ਦੇ ਕੇ ਚੱਲਿਆ, ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਲਦਾਰਾਂ ਵਾਸਤੇ ਜਗ੍ਹਾ ਨਹੀਂ। ਭੁੱਲ ਭੁਲੇਖੇ ਹੁੰਦੇ ਪਾਰਟੀਆਂ ਚ, ਲੋੜ ਪੈਂਦੀ ਕਈ ਵਾਰ, ਬਟ ਜਿਸ ਆਦਮੀ ਨੇ ਇੱਥੋਂ ਤੱਕ ਨੁਕਸਾਨ ਕੀਤਾ, ਹੀ ਵਿਲ ਨਾਟ ਕਮ ਬੈਕ ਇਨ ਟੂ ਦੀ ਪਾਰਟੀ। ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਪਹਿਲੇ ਤੇ ਆਪਾਂ ਗੱਲ ਲਿਖਿਆ। ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ, ਮੇਰੇ ਵੀਰੋ ਤੇ ਭਰਾਓ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨਾਲ ਪਹਿਲੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ। ਬਾਦਲ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕਹਿੰਦਾ ਤੁਹਾਡੇ ਤੇ ਪਾਬੰਦੀ ਲਾਈ ਸੀ, ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਲੱਗਦੀ ਉਹਨਾਂ ਚਿਰ ਬਾਹਰ ਜਾ ਕੇ ਕੰਪੇਨ ਨਹੀਂ ਕਰ ਸਕਦੇ। ਬਟ ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੋਈ ਪਾਬੰਦੀ ਨਹੀਂ ਸੀ। ਚਾਰ ਬਾਈ ਇਲੈਕਸ਼ਨ ਹੋ ਰਹੀਆਂ ਸਾਰੇ ਪੰਜਾਬ ਚ, ਮੈਨੂੰ ਇਸ ਗੱਲ ਦਾ ਜਵਾਬ ਦੇਣ। ਬਾਦਲ ਸਾਹਿਬ, ਕਈ ਦਿਨਾਂ ਦਾ ਮੈਂ ਸਵਾਲ ਕਰ ਰਿਹਾ, ਕਿਸੇ ਅਕਾਲੀ ਦਲ ਦੇ ਲੀਡਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਤੁਹਾਡੀ ਕੀ ਮਜਬੂਰੀ ਬਣੀ? ਸੁਖਬੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ, ਉਹਨੇ ਤੇ ਲੜਨਾ ਨਹੀਂ ਸੀ। ਤੁਸੀਂ ਆਪਣੇ ਕੈਂਡੀਡੇਟ ਉਤਾਰਦੇ, ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਕੋਰਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਚ ਪਾਰਟੀ ਦਾ, ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੰਪੇਨ ਚ ਕੋਈ ਫਿਰਦਾ ਰਹੇ, ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਬੇਵਾਲ ਜਿਹੜਾ, ਇਹਨੂੰ ਅੰਡਰ ਨੋ ਸਰਕਮਸਟਾਂਸਸ ਮੈਂ ਜ਼ੁਬਾਨ ਦੇ ਕੇ ਚੱਲਿਆ, ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਲਦਾਰਾਂ ਵਾਸਤੇ ਜਗ੍ਹਾ ਨਹੀਂ। ਭੁੱਲ ਭੁਲੇਖੇ ਹੁੰਦੇ ਪਾਰਟੀਆਂ ਚ, ਲੋੜ ਪੈਂਦੀ ਕਈ ਵਾਰ, ਬਟ ਜਿਸ ਆਦਮੀ ਨੇ ਇੱਥੋਂ ਤੱਕ ਨੁਕਸਾਨ ਕੀਤਾ, ਹੀ ਵਿਲ ਨਾਟ ਕਮ ਬੈਕ ਇਨ ਟੂ ਦੀ ਪਾਰਟੀ। ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਪਹਿਲੇ ਤੇ ਆਪਾਂ ਗੱਲ ਲਿਖਿਆ। ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ,
ਮੇਰੇ ਵੀਰੋ ਤੇ ਭਰਾਓ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨਾਲ ਪਹਿਲੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ। ਬਾਦਲ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕੱਲਾ ਤੁਹਾਡੇ ਤੇ ਪਾਬੰਦੀ ਲਾਈ ਸੀ, ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਲੱਗਦੀ ਉਹਨਾਂ ਚਿਰ ਬਾਹਰ ਜਾ ਕੇ ਕੰਪੇਨ ਨਹੀਂ ਕਰ ਸਕਦੇ। ਬਟ ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੋਈ ਪਾਬੰਦੀ ਨਹੀਂ ਸੀ। 4 ਬਾਈ ਇਲੈਕਸ਼ਨ ਹੋ ਗਿਆ ਸਾਰੇ ਪੰਜਾਬ ਚ, ਮੈਨੂੰ ਇਸ ਗੱਲ ਦਾ ਜਵਾਬ ਦੇਣ ਬਾਦਲ ਸਾਹਿਬ। ਕਈ ਦਿਨਾਂ ਦਾ ਮੈਂ ਸਵਾਲ ਕਰ ਰਿਹਾ, ਕਿਸੇ ਅਕਾਲੀ ਦਲ ਦੇ ਲੀਡਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਤੁਹਾਡੀ ਕੀ ਮਜਬੂਰੀ ਬਣੀ? ਸੁਖਬੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ, ਉਹਨੇ ਤੇ ਲੜਨਾ ਨਹੀਂ ਸੀ, ਤੁਸੀਂ ਆਪਣੇ ਕੈਂਡੀਡੇਟ ਉਤਾਰਦੇ। ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਣਾ ਚਾਹੁੰਦਾ ਕੋਰਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਚ ਪਾਰਟੀ ਦਾ, ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੰਪੇਨ ਚ ਕੋਈ ਫਿਰਦਾ ਰਹਿੰਦਾ, ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਬੇਵਾਲ ਜਿਹੜਾ, ਇਹਨੂੰ ਅੰਡਰ ਨੋ ਸਰਕਮਸਟਾਂਸਿਸ ਮੈਂ ਜਵਾਬ ਦੇ ਕੇ ਚੱਲਿਆ, ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਲਦਾਰਾ ਵਾਸਤੇ ਜਗ੍ਹਾ ਨਹੀਂ, ਭੁੱਲ ਭੁਲੇਖੇ ਹੁੰਦੇ ਪਾਰਟੀਆਂ ਚ, ਲੋੜ ਪੈਂਦੀ ਕਈ ਵਾਰ, ਬਟ ਜਿਸ ਆਦਮੀ ਨੇ ਇੱਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇਨ ਟੂ ਦੀ ਪਾਰਟੀ, ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਪਹਿਲੇ ਤੇ ਆਪਾਂ ਗੱਲ ਲਿਖਿਆ। ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ, ਮੇਰੇ ਵੀਰੋ ਤੇ ਭਰਾਓ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨਾਲ ਪਹਿਲੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ। ਬਾਦਲ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕੱਲਾ ਤੁਹਾਡੇ ਤੇ ਪਾਬੰਦੀ ਲਾਈ ਸੀ, ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਲੱਗਦੀ ਉਹਨਾਂ ਚਿਰ ਬਾਹਰ ਜਾ ਕੇ ਕੰਪੇਨ ਨਹੀਂ ਕਰ ਸਕਦੇ। ਬਟ ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕੋਈ ਪਾਬੰਦੀ ਨਹੀਂ ਸੀ। 4 ਬਾਈ ਇਲੈਕਸ਼ਨ ਹੋ ਗਿਆ ਸਾਰੇ ਪੰਜਾਬ ਚ, ਮੈਨੂੰ ਇਸ ਗੱਲ ਦਾ ਜਵਾਬ ਦੇਣ ਬਾਦਲ ਸਾਹਿਬ। ਕਈ ਦਿਨਾਂ ਦਾ ਮੈਂ ਸਵਾਲ ਕਰ ਰਿਹਾ, ਕਿਸੇ ਅਕਾਲੀ ਦਲ ਦੇ ਲੀਡਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਤੁਹਾਡੀ ਕੀ ਮਜਬੂਰੀ ਬਣੀ? ਸੁਖਬੀਰ ਸਿੰਘ ਬਾਦਲ ਦਾ ਤੇ ਅਸੈਂਬਲੀ ਹਲਕਾ ਹੀ ਨਹੀਂ ਸੀ, ਉਹਨੇ ਤੇ ਲੜਨਾ ਨਹੀਂ ਸੀ, ਤੁਸੀਂ ਆਪਣੇ ਕੈਂਡੀਡੇਟ ਉਤਾਰਦੇ। ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਣਾ ਚਾਹੁੰਦਾ ਕੋਰਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਚ ਪਾਰਟੀ ਦਾ, ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੰਪੇਨ ਚ ਕੋਈ ਫਿਰਦਾ ਰਹਿੰਦਾ, ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਬੇਵਾਲ ਜਿਹੜਾ, ਇਹਨੂੰ ਅੰਡਰ ਨੋ ਸਰਕਮਸਟਾਂਸਿਸ ਮੈਂ ਜਵਾਬ ਦੇ ਕੇ ਚੱਲਿਆ, ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਲਦਾਰਾ ਵਾਸਤੇ ਜਗ੍ਹਾ ਨਹੀਂ, ਭੁੱਲ ਭੁਲੇਖੇ ਹੁੰਦੇ ਪਾਰਟੀਆਂ ਚ, ਲੋੜ ਪੈਂਦੀ ਕਈ ਵਾਰ, ਬਟ ਜਿਸ ਆਦਮੀ ਨੇ ਇੱਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇਨ ਟੂ ਦੀ ਪਾਰਟੀ, ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਪਹਿਲੇ ਤੇ ਆਪਾਂ ਗੱਲ ਲਿਖਿਆ। ਹੁਣ ਰਹਿ ਗਈ ਜਿੱਥੋਂ ਤੱਕ ਆਪ ਦੀ ਗੱਲ, ਮੇਰੇ ਵੀਰੋ ਤੇ ਭਰਾਓ, ਮੈਂ ਤੁਹਾਡੇ ਜ਼ਰੀਏ ਸਾਰਿਆਂ ਨਾਲ ਪਹਿਲੇ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦਾ। ਬਾਦਲ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਕੱਲਾ ਤੁਹਾਡੇ ਤੇ ਪਾਬੰਦੀ ਲਾਈ ਸੀ, ਤੁਸੀਂ ਅਜੇ ਇਲੈਕਸ਼ਨਾਂ ਦੇ ਵਿੱਚ ਬਾਹਰ ਨਿਕਲ ਕੇ ਜਿੰਨਾ ਚਿਰ ਤੁਹਾਨੂੰ ਸਜ਼ਾ ਨਹੀਂ ਲੱਗਦੀ ਉਹਨਾਂ ਚਿਰ ਬਾਹਰ ਜਾ ਕੇ ਕੰਪੇਨ ਨਹੀਂ ਕਰ ਸਕਦੇ। ਬਟ ਇਹਨਾਂ ਦੀ